दिन आने वाले हैं आएंगे आएंगे ना कदम आओगे सानू तो पक्की तरीक दस आएंगे आएंगे ना उदो भी तो कहता सी कि वोटा पा के पिछले दिन आ जाएंगे किथे गए तेरे अच्छे दिन वो मैंने आपके नहीं अपने कहा था हैं तुम्हारे तो आ भी गए ते साडे कदम आवणगे कमिंग सून कमिंग सून आ देख लो अत्याचारी भ्रष्टाचारी ते तू कहना अच्छे दिन कमिंग सून अच्छे दिन कमिंग सून अरे बोल तो रहा ते मेरे घर देख ले बन रखे है एडा बड़ा सान ਉਹ ਮੇਰਾ ਮਤਲਬ ਭਾਗਵਾਨ ਉਹਦਾ ਗੁੱਸਾ ਹੀ ਕਰ ਗਈ ਜੇ ਜੇ ਇਹਨੂੰ ਖਾਣ ਲਈ ਟੋਕਰਾ ਪੱਠਿਆਂ ਦਾ ਨਾ ਦਿਓ ਇਹਦਾ ਕਰਦੇ ਮੇਰਾ ਫੋਨ ਤੇ ਤੂੰ ਕਹਿੰਦਾ ਅੱਛੇ ਦਿਨ ਕਮਿੰਗ ਸੂਨ ਅੱਛੇ ਦਿਨ ਕਮਿੰਗ ਸੂਨ ਓਏ ਬੋਲ ਤੋ ਦਿਆ ਹੈ ਅੱਛੇ ਦਿਨ ਕਮਿੰਗ ਸੂਨ ਤੇਰੇ ਤਾਂ ਅੱਛੇ ਦਿਨ ਪਤਾ ਨਹੀਂ ਕਦੋਂ ਆਉਣਗੇ ਅਸੀਂ ਤਾਂ ਕਮਾ ਕੇ ਖਾਣਾ ਹੁੰਦਾ ਚੱਲ ਵੀ ਭਾਗਵਾਨ ਨੇ ਕੋਈ ਕੰਮ ਕਾਰ ਵੀ ਕਰਨਾ ਨਮਸਕਾਰ ਮੰਤਰੀ ਜੀ ਨਮਸਕਾਰ ਮੇਰੇ ਦੇਸ਼ ਵਾਸੀਓ ਮੈਂ ਮੀਡੀਆ ਕੋਲ ਚਾਹ ਰਹਾ ਹਾਂ और मेरा मीडिया सब लोगों को नचा रहा है तो मंत्री जी देश में बेरोजगारी कैसे फैल रही है मैं इसका जिम्मेदार आजकल के नौजवान लड़का और लड़कियों को मानता हूँ वो कैसे मंत्री जी आजकल के नौजवान लड़का और लड़कियाँ काम करने के लिए तो राजी नहीं है सारे फोन पर रील्स तो बनाते रहते हैं तो मैं काम किसको दूँ इसलिए मैंने नौकरी देनी छोड़ दी है मेरे देशवासियों मैं भारत को एक दिन स्वर्ग बना दूंगा ਭਾਰਤ ਵਾਸੀਆਂ ਨੂੰ ਸਵਰਗ ਵਾਸੀ ਫੇਰ ਆਂਦੇ ਬਾਬਾ ਬੋਲਦਾ ਬਾਬਾ ਬੋਲੇ ਨਾ ਥੋੜੀ ਮੇਰੇ ਦੇਸ਼ ਵਾਸੀਓ ਮੈਂ ਆਪ ਸਭ ਕੇ ਸਾਥ ਆਪਣੇ ਮਨ ਕੀ ਬਾਤ ਕਰਨਾ ਚਾਹਤਾ ਹੂੰ ਮਨ ਕੀ ਬਾਤ ਤੂੰ ਨਹੀਂ ਅਸੀਂ ਕਰਾਂਗੇ ਆਪਦੇ ਵਾਲੀ ਤੇ ਕੋਈ ਛਾਬੀ ਨਹੀਂ ਗਈ ਸਾਡੇ ਵਾਲੀਆਂ ਭਜਾਏਗਾ ਫੇਰ ਆਂਦੇ ਬਾਬਾ ਬੋਲਦਾ ਭੱਜੋ ਥਲਿਓ ਸਾਡੇ ਦੇਸ਼ ਦੇ ਲੋਕ ਵੀ ਜੀਵਿਆ ਪਹਿਲਾਂ ਤੇ ਉਹ ਚੁਣ ਲਿਆ ਜਿਹੜਾ ਸੈਲੇ ਮੋੜ ਤੇ ਸੀ ਗੁਆਂਢੀਆਂ ਨੇ ਉਹ ਚੁਣਿਆ ਜਿੰਨੇ ਕੱਪ ਜਿੱਤੇ ਆ ਸਾਡੇ ਵਾਲੇ ਪਤੰਦਰਾਂ ਨੇ ਉਹ ਜਿੰਨੇ ਕੱਪ ਮਾਂਜੇ ਆ ਫੇਰ ਆਂਦੇ ਬਾਬਾ ਬੋਲਦਾ ਬਾਬਾ ਬੋਲੇ ਨਾ ਥੋੜੀ ਬਾਬਾ ਜੀ ਦੀ ਜੈ ਜਿੰਦਾ ਰਹਿ ਭਗਤਾ ਬਾਬਾ ਜੀ ਮੈਂ ਬਹੁਤ ਕੁਝ ਖਾਣਾ ਪਨੀਰ ਖਾਣਾ ਪਰੌਂਠੇ ਖਾਣਾ ਮੀਟ ਖਾਣਾ ਦੁੱਧ ਪੀਣਾ ਮੈਨੂੰ ਲੱਗਦਾ ਕੁਛ ਵੀ ਨਹੀਂ ਅਗਰ ਬਾਬੇ ਨੂੰ ਖਾਣਾ ਪਰੇ ਮਾਰੇ ਮਰ ਜਾਂਦੀ
ਚਲੋ ਵੀ ਭਗਤੋ ਬਾਬੇ ਉਪਚਾਰ ਕਰਨਗੇ। ਉਪਚਾਰ ਨਹੀਂ, ਬਾਬੇ ਬਲਤਕਾਰ ਕਰਨਗੇ। ਥਾਂ ਥਾਂ ਬਣ ਗਏ ਡੇਰੇ, ਸਾਧੂ ਘੱਟ ਤੇ ਵੱਧ ਲੁਟੇਰੇ, ਸਾਨੂੰ ਰੱਥ ਵਿੱਚ ਹਨੇਰੇ ਵੇਲੜ ਮੌਜਾਂ ਕਰਦੇ ਨੇ। ਲੱਖ ਲਾਣ ਤੇ ਉਹਨਾਂ ਲੋਕਾਂ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਛੱਡ ਕੇ ਇੰਨੇ ਪਖੰਡੀਆਂ ਬਾਬਿਆਂ ਦੀਆਂ ਝੋਲੀਆਂ ਭਰਦੇ ਨੇ। ਫੇਰਾਂ ਤੇ ਬਾਬਾ ਬੋਲਦਾ, ਬਾਬਾ ਬੋਲੇ ਨਾ ਤੁਹਾਡੀ ਭੱਜੋ ਛੜਿਓ। ਨੌਜਵਾਨਾਂ ਤੂੰ ਕੌਣ? ਪੰਜਾਬ ਦੇ ਲੋਕਾਂ ਦੁਆਰਾ ਕੀਤਾ ਗਿਆ ਪਲੀਜ਼ ਤੇ ਪ੍ਰਤੀਸ਼ਤ ਪਾਣੀ ਆ। ਨਹੀਂ ਮੇਰੇ ਕਹਿਦਾ ਮਤਬੜ ਇਹਨਾਂ ਦੀਆਂ ਸਮੱਸਿਆਵਾਂ ਕੀ ਨੇ? ਇਹਨਾਂ ਦੀ ਪਾਣੀ ਦੀ ਸਮੱਸਿਆ ਹੈ। ਇਹਨਾਂ ਨੂੰ ਕਹਿ ਦਾਰੂ ਪੀਆ ਕਰਨ। ਓਹੋ ਸੱਚ, ਉਹ ਤੁਸੀਂ ਪਾਣੀ ਪੀਂਦੇ ਹੋ? ਪਾਣੀ ਡੱਪਦੇ ਆ। ਉਹ ਤੁਸੀਂ ਪਾਣੀ ਲੈ ਕੇ ਕਿੱਥੋਂ ਆਉਂਦੇ ਹੋ? ਸਾਡੇ ਪਿੰਡ ਕੋਈ ਨਲਕਾ ਨੀ ਹੈਗਾ। ਜਿਹੜਾ ਚੱਕੀ ਫਿਰਦਾ ਸੀ ਫਿਲਮ ਚ, ਫਿਰ ਤੁਸੀਂ ਫਿਰ ਤੁਹਾਨੂੰ ਨਦੀ ਕਿੰਨੇ ਕਿਲੋਮੀਟਰ ਪੈ ਜਾਂਦੀ ਹੈ? ਤੁਹਾਨੂੰ ਜਾਣ ਦੀ ਤਾਂ 5 ਕਿਲੋਮੀਟਰ ਪੈਂਦੀ ਹੈ, ਤੁਹਾਨੂੰ ਆਉਣ ਦੀ ਵੀ 5 ਕਿਲੋਮੀਟਰ ਪੈਂਦੀ। ਜੇ ਜਾਣ ਦੀ 5 ਪਾਓ, ਆਉਣ ਦੀ 5 ਪਾਓ। ਫੇਰਾਂ ਤੇ ਬਾਬਾ ਬੋਲਦਾ, ਬਾਬਾ ਬੋਲੇ ਨਾ ਤੁਹਾਡੀ। ਉਹ ਫਿਰ ਤੁਸੀਂ ਪਾਣੀ ਲੈ ਕੇ ਕਾਹਦੇ ਚਾਹੁੰਦੇ ਹੋ? ਤੋੜਾ, ਵਾਟ ਇਜ਼ ਤੋੜਾ? ਤੁਸੀਂ ਮਿੱਟੀ ਇੰਪੋਰਟ ਕਰਦੇ ਹੋ ਜਾਂ ਲੋਕਲ? ਤੋਬਾ, ਵਾਟ ਇਜ਼ ਤੋਬਾ? ਤੋਬਾ ਸਰ, ਬਫੈਲੋ ਸਵੀਮਿੰਗ ਪੂਲ ਸਰ। ਓ ਅੱਛਾ, ਉਹ ਫਿਰ ਤੁਹਾਨੂੰ ਪਾਣੀ ਮਿਲ ਜਾਂਦਾ ਹੈ? ਹੁਣ ਤਾਂ ਨਦੀ ਸੁੱਕੀ ਪਈ ਹੈ ਭਾਈ। ਉਹ ਨਦੀ ਸੁੱਕ ਵੀ ਆਉਂਦੀ ਹੈ? ਓ ਜਨਾਬ, ਐਟਮੋਸਫੇਅਰ ਦੇ ਵਿੱਚ ਗਰਮੀ ਜ਼ਿਆਦਾ ਹੋਣ ਕਰਕੇ ਨਦੀ ਦਾ ਪਾਣੀ ਸੁੱਕ ਜਾਂਦਾ ਹੈ। ਫਿਰ ਆਪਾਂ ਐ ਕਰਦੇ ਹਾਂ, ਆਪਾਂ ਇਹਨਾਂ ਦੇ ਪਿੰਡ ਨਦੀ ਤੇ ਸ਼ੈੱਡ ਪਵਾ ਦਿੰਦੇ ਹਾਂ। ਬੋਲੇ, ਨਦੀ ਦੇ ਛੱਡ ਛੱਡਾ ਫੁੱਫੜ ਪਾਓ। ਇਹਨੂੰ ਮੰਤਰੀ ਜੀ ਨੇ ਬਣਾਤਾ, ਇਹਨੇ ਤਾਂ ਗੱਬਾ ਤੇ ਸੁੱਖਾ ਵੀ ਥੱਲੇ ਲਾਤਾ। ਫੇਰ ਆਂਦੇ ਬਾਬਾ ਬੋਲਦਾ, ਬਾਬਾ ਬੋਲੇ ਨਾ ਤੁਹਾਡੀ। ਬਾਬਾ ਜੀ ਗੁੱਸਾ ਕਰਕੇ ਲੱਗਦਾ, ਪਿੰਡ ਵਾਲਿਓ ਮੈਂ ਤੁਹਾਡੀ ਪਾਣੀ ਦੀ ਸਮੱਸਿਆ ਸੁਣ ਕੇ ਪਾਣੀ ਪਾਣੀ ਹੋ ਗਿਆ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਤੁਹਾਡੀ ਪਾਣੀ ਦੀ ਸਮੱਸਿਆ ਨੂੰ ਉੱਤੇ ਤੱਕ, ਮਤਲਬ ਉੱਤੇ ਤੱਕ ਗੱਲ ਕਰਾਂਗਾ। ਮੇਰੀ ਜਨਾਨੀ ਕਹਿੰਦੇ ਜਨਾਨੀਆਂ ਤੋਂ ਬਾਹਰ ਨਿਕਲਿਆ ਕਰ। ਮੇਰਾ ਮਤਲਬ ਮੇਰੀ ਵਿਗਿਆਨੀਆਂ ਨਾਲ ਗੱਲ ਹੋ ਗਈ ਹੈ। ਆਪਾਂ ਤੁਹਾਡੇ ਪਿੰਡ ਬੱਬਲ ਨੀਵੇ ਕਰਾ ਦੇਣੇ ਨੇ, ਜਦੋਂ ਜੀ ਕਰੂਗਾ ਮਾਰ ਕੇ ਸੋਟੀ ਮੀਂਹ ਪਾਲਿਆ ਕਰਿਓ। ਇੱਧਰ ਪਾਣੀ, ਇੱਧਰ ਪਾਣੀ, ਪਾਣੀ ਪਾਣੀ ਕਰ ਦਾਂਗੇ, ਹੜ ਲਿਆ ਦਾਂਗੇ। ਉਹ ਤੁਸੀਂ ਫੇਰ ਲਿਆਓਗੇ ਹੜ? ਸਾਡੇ ਪਾਣੀ ਵਾਲੇ ਹੜ ਨੇ ਕਿਸਾਨੀ ਗਲਤੀ, ਨਸ਼ਿਆਂ ਵਾਲੇ ਹੜ ਨੇ ਜਵਾਨੀ ਗਲਤੀ। ਫੇਰਾਂ ਤੇ ਬਾਬਾ ਬੋਲਦਾ, ਬਾਬਾ ਬੋਲੇ ਨਾ ਤੁਹਾਡੀ। ਪਿੰਡ ਵਾਲਿਓ, ਮੈਂ ਅੱਜ ਤੁਹਾਡੇ ਉੱਤੇ ਇੱਕ ਅਹਿਸਾਨ ਕਰਦਾ, ਮੈਂ ਤੁਹਾਨੂੰ ਇਹ ਪਾਣੀ ਦੀ ਬੋਤਲ ਦਾਨ ਕਰਦਾ। ਮੈਂ ਕਰਦਾ ਦਾਨ? ਆ ਪਾਣੀ
ਪਾਣੀ ਦੱਬ ਕੇ ਦਿਖਾ, ਤੁਸੀਂ ਪਾਣੀ ਪੀਣ ਵਾਲਾ ਕਿਹੜਾ ਛੱਡਿਆ, ਸਾਰਾ ਫੈਕਟਰੀਆਂ ਦਾ ਪਾਣੀ ਨਦੀਆਂ 'ਚ ਰੋੜਤਾ, ਸਾਡੇ ਪੰਜਾਬ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਪੀੜਤ ਕਰਤਾ, ਫੇਰਾਂ 'ਤੇ ਬਾਬਾ ਬੋਲਦਾ, ਬਾਬਾ ਬੋਲੇ ਨਾ ਤੁਹਾਡੀ ਭੱਜੋ ਛੜਿਓ, ਚੱਲ ਮੇਰੇ ਪੰਜਾਬ ਦੇ ਪਾਣੀ ਚੂੜੇ ਰਿਹਾ ਹੁਣ ਸਮੇਂ ਦਾ ਹਾਂ। ਜਵਾਨੀ ਸਾਰੀ ਬਾਹਰ ਨੂੰ ਤੁਰ ਗਈ, ਪੱਗ ਸਾਡੀ ਦਰਨਿਆਂ 'ਚ ਰਲ ਗਈ, ਇਹਨਾਂ ਬੱਚਿਆਂ ਨੂੰ ਮਾਂ ਬੋਲੀ ਭੁੱਲ ਗਈ। ਹੁਣ ਬੀਬਾ ਤੂੰ ਕੌਣ ਹੈ? ਮੈਂ ਗੁਰਮੁਖੀ। ਕਿਹੜੀ ਗੁਰਮੁਖੀ? ਪੰਜਾਬ 'ਚ ਤਾਂ ਕਦੇ ਨਹੀਂ ਮਰ ਗਈ ਗੁਰਮੁਖੀ। ਵਾਹਿਗੁਰੂ ਜੀ ਕਾ ਖਾਲਸਾ।